ਸਾਸ਼ੀਆ ਕਾਲਜੀ ਅੱਜ ਆਪਾਂ ਇਸ ਰਿ ਆਰਡਰ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਸਕਿਮ ਅਤੇ ਸਕੈਨ ਕਰਦੇ ਹਾਂ ਤੇ ਪਤਾ ਲਾਉਣੇ ਹਨ ਕਿ ਇਸ ਦੇ ਵਿੱਚ ਕਿਸ ਤੇ ਬਾਰੇ ਗੱਲ ਹੋ ਰਹੀ ਹੈ ਇਸ ਨੂੰ ਸਕਿਮ ਅਤੇ ਸਕੈਨ ਕਰਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਸ਼ੇਅਰ ਹੋਲਡਰਸ ਦੇ ਬਾਰੇ ਗੱਲ ਹੋਈ ਹੈ ਟੌਪ ਐਗਜ਼ੀਕਿਊਟਿਵਸ ਦੇ ਬਾਰੇ ਗੱਲ ਹੋਈ ਹੈ ਸਟਾਕ ਮਾਰਕੀਟ ਬਾਰੇ ਗੱਲ ਹੋਈ ਹੈ ਰਿਸੋਰਸਸ ਦੀ ਗੱਲ ਹੋਈ ਹੈ ਕੰਪਨੀਆਂ ਦੀ ਗੱਲ ਹੋਈ ਹੈ ਅਤੇ ਸਟਾਕ ਮਾਰਕੀਟ ਅਤੇ ਕੰਪਨੀ ਫਾਈਨੈਂਸ਼ੀਅਲ ਪਰਫਾਰਮੈਂਸ ਦੀ ਗੱਲ ਹੋਈ ਹੈ ਹੁਣ ਆਪਾਂ ਆਪਣਾ ਜੋ ਟੋਪਿਕ ਸੈਂਟੈਂਸ ਹੈ ਉਸ ਨੂੰ ਲੱਭਦੇ ਹਾਂ ਉਸ ਨੂੰ ਲੱਭਣ ਦੇ ਲਈ ਆਪਾਂ ਹਰ ਇੱਕ ਲਾਈਨ ਦੇ ਫਿਊ ਵਰਡਸ ਨੂੰ ਰੀਡ ਕਰਦੇ ਹਾਂ ਜੋ ਪਹਿਲੀ ਲਾਈਨ ਹੈ ਉਸ ਤੇ ਵਿੱਚ ਦਿੱਤਾ ਗਿਆ ਹੈ ਦੇ ਅਸਿਊਮ ਦੈਟ ਦੇ ਆਰ ਯੂਜ਼ਿੰਗ ਥੇਅਰ ਸ਼ੇਅਰ ਹੋਲਡਰਸ ਇੱਥੇ ਆਪਾਂ ਨੂੰ ਇਹ ਨਹੀਂ ਪਤਾ ਕਿ ਦੇ ਕੌਣ ਹੈ ਦੇ ਕਿਸ ਦੇ ਬਾਰੇ ਗੱਲ ਹੋਈ ਹੋ ਰਹੀ ਹੈ ਜੋ ਆਪਣੀ ਨੈਕਸਟ ਲਾਈਨ ਹੈ ਦੇ ਟੌਪ ਐਗਜ਼ੀਕਿਊਟਿਵਸ ਆਫ ਦੀ ਲਾਰਜ ਮੈਚਿਓਰ ਪਬਲਿਕਲੀ ਹੈਲਡ ਕੰਪਨੀਆਂ ਹੋਲਡ देयर ਕਨਵੈਂਸ਼ਨਲ ਵਿਊ ਵੈਨ ਦੇ ਸਟਾਪ ਟੂ ਥਿੰਕ ਆਫ ਦੀ ਇਕਵਿਟੀ ਹੋਲਡਰਸ ਇਕਵਿਟੀ ਓਨਰਸ ਵੈਲਫੇਅਰ ਇਸ ਦੇ ਵਿੱਚ ਕੀ ਦਿੱਤਾ ਗਿਆ ਹੈ ਕਿ ਜੋ ਟੌਪ ਐਗਜ਼ੀਕਿਊਟਿਵ ਨੇ ਲਾਰਜ ਮੈਚਿਓਰ ਐਂਡ ਪਬਲਿਕਲੀ ਹੈਲਡ ਕੰਪਨੀਆਂ ਤੇ ਉਹ ਕਨਵੈਂਸ਼ਨਲ ਵਿਊ ਹੋਲਡ ਕਰਦੇ ਨੇ ਐਂਡ ਦੇ ਸਟਾਪ ਥਿੰਕਿੰਗ ਅਬਾਊਟ ਇਕਵਿਟੀ ਓਨਰਸ ਵੈਲਫੇਅਰ ਅਤੇ ਇਕਵਿਟੀ ਓਨਰਸ ਦੇ ਵੈਲਫੇਅਰ ਬਾਰੇ ਸੋਚਣਾ ਬੰਦ ਕਰ ਦਿੰਦੇ ਹਨ ਜੇ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਫੁੱਲ ਇਨਫੋਰਮੇਸ਼ਨ ਹੈ ਇਸ ਦੇ ਵਿੱਚ ਜੋ ਗੱਲ ਹੈ ਪੂਰੀ ਕੀਤੀ ਗਈ ਹੈ ਤੇ ਇੰਡੀਪੈਂਡੈਂਟ ਸੈਂਟੈਂਸ ਲੱਗ ਰਿਹਾ ਹੈ ਪਰ ਫਿਰ ਵੀ ਆਪਾਂ ਆਪਣੇ ਜੋ ਅਗਲੇ ਸੈਂਟੈਂਸ ਨੇ ਉਹ ਪੜ੍ਹਦੇ ਹਾਂ ਦੇ ਅਸਿਊਮ ਥੈਟ ði ਸਟਾਕ ਮਾਰਕੀਟ ਇਥੇ ਫਿਰ ਦੇ ਅਸਿਊਮ ਦੀ ਗੱਲ ਕੀਤੀ ਗਈ ਹੈ ਜੇ ਦੇਖਿਆ ਜਾਵੇ ਤਾਂ ਜੋ ਆਪਣੀ ਪਹਿਲੀ ਲਾਈਨ ਹੈ ਅਤੇ a ਲਾਈਨ ਹੈ ਇਹ ਕੁਝ ਮੈਚ ਕਰਦੀਆਂ ਹਨ ਤਾਂ ਇਹ ਇੱਕ ਪੇਅਰ ਬਣ ਸਕਦੀਆਂ ਹਨ ਤਾਂ ਆਪਾਂ ਇਸ ਨੂੰ ਇੱਕ ਵਾਰੀ ਛੱਡ ਦਿੰਨੇ ਹਾਂ ਸੋ ਕੰਪਨੀਆਂ ਇਨਵੈਸਟਿੰਗ ਵਿਲ ਗਰੋ ਸੋ ਮਤਲਬ ਕਿ ਇਹ ਗੱਲ ਨੂੰ ਫਰਦਰ ਐਕਸਪਲੇਨ ਕਰਨ ਲਈ ਇਥੇ ਸੋ ਦੀ ਵਰਤੋਂ ਹੋਈ ਗਈ ਹੈ ਤਾਂ ਕਰਕੇ ਇਹ ਵੀ ਆਪਣਾ ਟੋਪਿਕ ਸੈਂਟੈਂਸ ਨਹੀਂ ਹੈ ਇਨ ਸ਼ਾਰਟ স্টক ਮਾਰਕੀਟ ਪਰਫੋਰਮੈਂਸ ਐਂਡ ਦਾ ਕੰਪਨੀਜ਼ ਫਾਈਨੈਂਸ਼ੀਅਲ ਪਰਫੋਰਮੈਂਸ ਆਰ ਲਿੰਕਡ ਜੇ ਦਿਖਾਇਆ ਜਾਵੇ ਤਾਂ ਇੱਕ ਤਰ੍ਹਾਂ ਦਾ ਨਿਚੋੜ ਕੱਢਿਆ ਗਿਆ ਹੈ ਕਿ ਇਨ ਸ਼ਾਰਟ ਜੇ ਕਿਹਾ ਜਾਵੇ ਤਾਂ ਇਹ ਚੀਜ਼ ਇਦਾਂ ਹੁੰਦੀ ਹੈ ਤਾਂ ਆਪਣੇ ਕੋਲ ਬਚਦੀ ਹੈ ਸਿਰਫ ਇੱਕ ਲਾਈਨ ਜਿਸ ਦੇ ਵਿੱਚ ਫੁੱਲ ਇਨਫੋਰਮੇਸ਼ਨ ਵੀ ਦਿੱਤੀ ਗਈ ਹੈ ਕਿਸ ਦੇ ਬਾਰੇ ਸ਼ੇਅਰਹੋਲਡਰਸ ਦੇ ਬਾਰੇ ਨਾਲ ਹੀ ਨਾਲ ਇਕਵਿਟੀ ਓਨਰਸ ਦੇ ਬਾਰੇ ਹੁਣ ਅੱਗੇ ਵਧਦੇ ਹੋਏ ਦੇਖਦੇ ਹਾਂ ਕਿ ਜੋ ਇਕਵਿਟੀ ਓਨਰਸ ਹੁੰਦੇ ਹਨ ਉਹ ਹੁੰਦੇ ਕੌਣ ਹਨ ਉਹ ਕੰਪਨੀ ਦੇ ਜੋ ਮੇਨ ਸ਼ੇਅਰਹੋਲਡਰ ਹੁੰਦੇ ਹਨ ਤਾਂ ਆਪਣੀ ਜੋ ਅਗਲੀ ਲਾਈਨ ਹੈ ਉਹ ਸ਼ੇਅਰਹੋਲਡਰਸ ਦੇ ਬਾਰੇ ਹੀ ਹੋਣੀ ਚਾਹੀਦੀ ਹੈ ਜੇ ਦੇਖਿਆ ਜਾਵੇ ਤਾਂ ਸ਼ੇਅਰਹੋਲਡਰਸ ਦੀ ਗੱਲ ਆਪਾਂ ਨੂੰ ਇਸ ਲਾਈਨ ਦੇ ਵਿੱਚ ਮਿਲਦੀ ਹੈ ਕੀ ਕਿਹਾ ਗਿਆ ਹੈ ਦੇ ਅਸਿਊਮd ਦੈਟ ਦੇ ਆਰ ਯੂਜ਼ਿੰਗ ਥੇਅਰ ਸ਼ੇਅਰਹੋਲਡਰਸ ਰਿਸੋਰਸਸ ਐਫੀਸ਼ੀਐਂਟਲੀ ਹੂ ਆਰ ਅਸਿਊਮਿੰਗ ਦ ਕੰਪਨੀਜ਼ what are they assuming that they are using the shareholders uh, shares of equity owners efficiently ਤਾਂ ਕਰਕੇ ਆਪਣੀ ਨੈਕਸਟ ਲਾਈਨ ਬਣਦੀ ਹੈ ਇਸ ਨੂੰ ਲਿੰਕ ਕਰਨ ਦੇ ਲਈ ਆਪਾਂ ਪਹਿਲਾਂ ਹੀ ਆਪਣੀ ਅਗਲੀ ਲਾਈਨ ਲੱਭ ਚੁੱਕੇ ਹਾਂ ਜੋ ਕੀ ਹੈ ਜੋ ਹੈ ਜੀ ਤੇ ਅਸਿਊਮ ਥੈਟ ਦੀ ਸਟਾਕ ਮਾਰਕੀਟ ਆਟੋਮੈਟਿਕਲੀ ਪੈਨਲਾਈਜ਼ ਐਨੀ ਕਾਰਪੋਰੇਸ਼ਨ ਥੈਟ ਇਨਵੈਸਟ ਇਟਸ ਰਿਸੋਰਸਸ ਪੂਰਲੀ ਹੁਣ ਆਪਣੇ ਕੋਲ ਕੀ ਹੈ ਦੋ ਲਾਈਨਾਂ ਬਚਦੀਆਂ ਹਨ ਇਨ ਸ਼ਾਰਟ ਇਹ ਆਪਾਂ ਨੂੰ ਪਤਾ ਹੈ ਕਿ ਆਪਣਾ ਕਨਕਲੂਜਨ ਹੈ ਤੇ ਜੋ ਅਗਲੀ ਲਾਈਨ ਹੈ ਉਹ ਆਪਣੀ ਇਹ ਹੀ ਹੋ ਸਕਦੀ ਹੈ ਹੁਣ ਆਪਾਂ ਆਪਣਾ ਕਨਕਲੂਜਨ ਹੈ ਜੋ ਐਂਡ ਵਿੱਚ ਜੋੜ ਦਿੰਨੇ ਹਾਂ lettes see how it goes ਹਾਂਜੀ ਆਪਣਾ ਆਨਸਰ ਬਿਲਕੁਲ ਸਹੀ ਹੈ ਆਪਣਾ ਆਨਸਰ ਕਿਦਾਂ ਸਹੀ ਆਇਆ ਸਭ ਤੋਂ ਪਹਿਲਾਂ ਆਪਾਂ ਆਪਣਾ ਟਾਪਿਕ ਸੈਂਟੈਂਸ ਲੱਭਿਆ ਫਿਰ ਆਪਾਂ ਕੀ ਲੱਭਿਆ ਕਿ ਇਥੇ ਇਕਵਿਟੀ ਓਨਰਸ ਦੀ ਗੱਲ ਹੋਈ ਹੈ ਜੋ ਕਿ ਸ਼ੇਅਰਹੋਲਡਰ ਹੁੰਦੇ ਹਨ ਤੇ ਆਪਾਂ ਇਸ ਨੂੰ ਲਿੰਕ ਕੀਤਾ ਲਿੰਕ ਕਰਕੇ ਆਪਾਂ ਜੋ ਆਪਣਾ ਇਹ ਪੇਪਰ ਸੀ ਪਹਿਲਾਂ ਹੀ ਲੱਭ ਚੁੱਕੇ ਸੀ ਅਤੇ ਫਿਰ ਇਹ ਆਪਣੀ ਫਰਦਰ ਐਕਸਪਲੇਨੇਸ਼ਨ ਲਈ ਇਹ ਆਪਾਂ ਯੂਜ਼ ਕੀਤਾ